तस्वीरें इस समय आप जम्मू के तवी ब्रिज से देख रहे हैं। यहाँ पर मैं आपको बता दूं कि युवा राजपूत सभा एक बार फिर से सड़कों पर उतरी है और इस बार इनकी मांग जो है वो स्टेटहुड को लेकर जो है यहाँ पर प्रदर्शन किया जा रहा है। जिस तरह से तस्वीरें आप देख रहे हैं कि लगातार युवा राजपूत सभा जो है जम्मू के कई डिमांड्स को लेकर जो है प्रदर्शन करती है और इस बार मैं आपको बता दूं कि स्टेटहुड का दर्जा जो है वापिस जो है मांग कर रही है युवा राजपूत सभा। इस समय जम्मू से आपको जम्मू तवी ब्रिज से जो है वो लाइव तस्वीरें दिखा रहे हैं। ਇੱਕੋ ਮਕਸਦ ਹੈ, ਜੰਮੂ ਦੀ ਸਟੇਟ ਜਿਹੜੀ ਚੇਕੇ ਡਿਊਟੀ ਬਣੀ ਦੀ ਹੈ ਉਹ ਸਟੇਟ ਵਾਪਸ ਲੈਣੀ ਹੈ, ਕਿਉਂਕਿ ਅਸੀਂ ਕੀ ਲੱਗਿਆ 5 ਸਾਲ ਤੋੜੀ ਅਸੀਂ ਕੀ ਕੋਈ ਉਹਦਾ ਫਾਇਦਾ ਲੱਭਣੀ ਹੈ। ਅਸੀਂ ਕੀ ਸਾਰੇ ਅੱਕ ਅੱਗੋਂ ਕੋਈ ਵਾਪਸ ਚਾਹੀਦੇ ਹਨ, ਨਾ ਤਾਂ ਅਸੀਂ ਪੋਲੀਟੀਕਲ ਪਾਰਟੀ ਦੇ ਕੋਈ ਹਾਲ ਕਰਨੇ ਹਾਂ ਨਾ ਦੇ ਖਿਲਾਫ ਹਾਂ, ਲੇਕਿਨ ਆਪਣੇ ਅੱਕ ਵਾਸਤੇ ਅਗਰ ਅਸੀਂ ਅੱਜ ਪਸੀਨਾ ਕੱਢਿਆ ਕੱਲ੍ਹ ਅਸੀਂ ਕੀ ਆਪਣੀ ਜਾਨ ਵੀ ਦੇਣੀ ਪਊਗਾ ਪਿੱਛੇ ਨਹੀਂ ਹੋ ਕੇ, ਕਿਉਂਕਿ ਸਾਡੇ ਪੂਰਵਜ ਹੈ ਗਿਲਗਿਤ ਵਾਲੀ ਬਲੋਚਿਸਤਾਨ ਤੋਂ ਲੜਾਈਆਂ ਲਾਈਆਂ ਸਟੇਟ ਬਣਾਈ ਦੀ ਹੈ, ਅੱਜ ਇਹ ਸਟੇਟ ਦੀ ਟੁਕੜੇ ਟੁਕੜੇ ਕਰ ਦੇਣ। ਕਿਆ ਜੰਮੂ ਦਾ ਇੱਕ ਐਡਵਾਈਜ਼ਰ ਲਾਣ ਦੀ ਔਕਾਤ ਨਹੀਂ ਹੈ ਸਾਡੀ, ਅਸ ਕੀ ਮੰਗ ਕਰ ਸਕਦੇ ਹਾਂ? ਮੈਂ ਪਹਿਲੇ ਵੀ ਤੁਸੀਂ ਸੁਣਾਇਆ, ਹਮ ਆਪਣੀ ਤਰਫ ਸੇ ਕੋਸ਼ਿਸ਼ ਕਰੇਂਗੇ, ਹੌਸਲੇ ਬੁਲੰਦ ਹਮ ਹਮਾਰੇ ਹੈ, ਆਗੇ ਇੰਤਜ਼ਾਮ ਕਾ ਪਰਵਾਹ ਹਮ ਨਹੀਂ ਕਰਤੇ, ਲੇਕਿਨ ਸਟੇਟ ਵਾਪਸੀ ਕੇ ਲੀਏ ਹਮ ਆਪਣੀ ਜਾਨ ਕੀ ਬਾਜੀ ਲਗਾ ਦੇਂਗੇ, ਉਸੇ ਪਿੱਛੇ ਨਹੀਂ ਹਟੇਂਗੇ। 23 ਅਗਸਤ ਕੋ ਵੀ ਯਹਾਂ ਪੇ ਪ੍ਰੋਟੈਸਟ ਹੋਗਾ, 15 ਅਗਸਤ ਕੋ ਯਹਾਂ ਪੇ ਝੰਡਾ ਚੜਾਏਂਗੇ, ਉਸਕੇ ਬਾਅਦ ਘਰ ਘਰ ਜਾ ਕੇ ਹਮ ਇਹ ਅਲਖ ਜਗਾਏਂਗੇ, ਆਓ ਲੋਕੋ ਜੰਮੂ ਦੇ ਸ਼ੇਰ ਡੋਗਰੇ ਹੋ ਬਾਹਰ ਆਓ, ਅਸੀਂ ਵੋਟ ਨਹੀਂ ਲੈਣੇ, ਆਪਣੀ ਸਟੇਟ ਵਾਪਸ ਲੈਣੀ ਹੈ, ਸਟੇਟ ਵਾਪਸ ਲਈ ਆਪਣਾ ਚੀਫ ਮਿਨਿਸਟਰ ਬਣਾਉਣਾ, ਆਪਣੇ ਜੰਮੂ ਦੀ ਤਰੱਕੀ ਚਾਹੁੰਦੇ ਹਾਂ ਅਸ, ਨਾ ਕਿ ਸਾਡੇ ਦਿੱਲੀ ਦੇ ਫੈਸਲੇ ਸਾਡੇ ਪਰ ਥੋਪੇ ਜਾ ਦੇਣ। ਇੱਕ ਜਿਹੜੀ ਗੌਰਮੈਂਟ ਸਾਰਾ ਜੰਮੂ ਦਾ ਐਡਵਾਈਸ ਨਹੀਂ ਲੈ ਸਕਦੀ, ਉਹ ਅਸ ਕੀ ਉਮੀਦ ਕਰ ਸਕਦੇ? ਚੀਫ ਮਿਨਿਸਟਰ ਦਾ ਬੜੀ ਦੂਰ ਦੀ ਗੱਲ ਹੈ ਜੰਮੂ ਦਾ ਬਣਾਉਣਾ, ਸਾਡੀ ਗੱਲ ਸੁਣਨੇ ਵਾਲਾ ਜੰਮੂ ਦੇ ਵਿੱਚ ਕੋਈ ਗਵਰਨਰ ਹਾਊਸ ਵਿੱਚ ਇੱਕ ਸਾਡਾ ਐਡਵਾਈਜ਼ਰ ਨਹੀਂ ਹੈ, ਅਸ ਅੱਜ ਕੋਹਦੇ ਕਹਿੰਦੇ ਕੋਹਦਾ ਮੂੰਹ ਮੱਥਾ ਦੇਖਿਆ, ਇਹ ਗੱਲ ਆਖਣੇ ਆ ਜੰਮੂ ਦੇ ਸ਼ੇਰ ਡੋਗਰੇ ਹੋ, ਅਗਰ ਅੱਜ ਆਖਣੇ ਨਾ ਅਸਾਂ ਆਖਣੇ ਆ ਸ਼ਾਨਾ ਕਹਿੰਦੇ ਅਸ ਡੋਗਰੇ ਆ, ਜਿਹੜਾ ਆਪਣੀ ਸ਼ਾਨ ਬਰਕਰਾਰ ਰੱਖਣੀ ਹੈ ਫਿਰ ਆਪਣੀ ਸਟੇਟ ਵਾਪਸ ਲੈਣੀ ਪਾਉਣੀ, ਕਿਉਂਕਿ ਜੰਮੂ ਕਸ਼ਮੀਰ ਦੀ ਸਟੇਟ ਦੇ ਕੰਨਿਆ ਡੋਗਰੇ ਦਾ ਬੜਾ ਮਾਣ ਜੁੜੇਦਾ, ਇਹ ਲੜਾਈ ਆਪਣੀ ਮਾਣ ਸਨਮਾਨ ਦੀ ਹੈ, ਇਹ ਅਗਲਾ ਪਿੱਛੇ ਨਹੀਂ ਆਉਣਾ। ਅਸੀਂ ਵਾਪਸ ਮਿਲਣਾ ਚਾਹੀਦਾ, ਕਿਉਂਕਿ ਅਸੀਂ ਬੜਾ ਆਸ਼ਵਾਸਨ ਦਿੱਤਾ ਗਿਆ ਹੈ, ਜਿਲ੍ਹਾ ਡਿਊਟੀ ਲਾਈ ਗਈ ਆਸ਼ਵਾਸਨ ਦਿੱਤਾ ਗਿਆ ਹੈ ਕਿ ਪਿਛਲੇ ਕੁਝ ਦਿਨੇ ਬਾਅਦ ਤੁਸੀਂ ਜਿਹੜੀ ਸਟੇਟ ਦੀ ਜਿਹੜੀ ਦਰਜਾ ਤੁਸੀਂ ਵਾਪਸ ਦਿੱਤਾ ਜਾਏਗਾ। ਅਸੀਂ ਇਹ ਆਖਣੇ ਆ ਜਿਹੜੇ ਤੁਸੀਂ ਵਾਅਦੇ ਕੀਤੇ ਨੇ ਉਹਨੇ ਵਾਅਦੇ ਪਰ ਪੂਰਾ ਕਰੋ, ਸਾਡੇ ਸਟੇਟ ਦਾ ਦਰਜਾ ਵਾਪਸ ਦਿਓ ਔਰ ਵਾਪਸ ਵੀ ਉਹ ਦਿਓ ਜਿਹੜਾ ਪੂਰੀ ਪਾਵਰ ਨਾਲ ਜਿੰਨਾ ਸਾਡੀ ਸਟੇਟ ਪਹਿਲਾਂ ਤੁਸੀਂ ਲੈਤੀ ਸੀ ਉਸੇ ਪਾਵਰ ਨਾਲ ਸਾਡੀ ਸਟੇਟ ਦਾ ਦਰਜਾ ਹੀ ਵਾਪਸ ਮਿਲਣਾ ਚਾਹੀਦਾ। ਅਗਲੀ ਰਣਨੀਤੀ ਕੀ ਹੈ ਤੁਹਾਡੀ? ਅਗਲੀ ਰਣਨੀਤੀ ਹੈ ਅੱਜ ਆ ਸਾਡੇ ਲੋਕੀ ਸੁਨੇਹਾ ਲਾਣਾ ਆ, ਆਉਣ ਵਾਲੀ 23 ਅਗਸਤ ਕੀ ਯੁਵਾ ਰਾਜਪੂਤ ਸਭਾ ਫਿਰ ਇਸ ਪੁਲ ਪਰ ਆਏਗੀ, ਅਗਰ ਜ਼ਰੂਰਤ ਪਈ ਤਾਂ ਇਹ ਜੰਮੂ ਦੇ ਚਾਰੇ ਪੁਲ ਬੰਦ ਕਰਨਾ ਪੈਂਦਾ, ਚਾਰੇ ਪੁਲ ਬੰਦ ਕਰਦੇ, ਅਗਰ ਟ੍ਰੇਨ ਰੋਕਣੀ ਪਈ ਟ੍ਰੇਨ ਵੀ ਰੋਕੇ, ਲੇਕਿਨ ਆਪਣੇ ਜਿਹੜੀ ਲੜਾਈ ਹੈ ਇਸ ਲੜਾਈ ਹੁਣ ਠੰਡਾ ਨਹੀਂ ਹੋਣ ਲੱਗੇ ਇਸ ਲੜਾਈ ਕਰੋ ਕਰਕੇ, ਕਿਉਂਕਿ ਅਸੀਂ ਦੇਸ਼ ਭਗਤ ਲੋਕ ਦੇਸ਼ ਹਿੱਤ ਦੀ ਗੱਲ ਕਰ ਰਹੇ ਹਾਂ, ਅਸ 15 ਅਗਸਤ ਵਾਸਤੇ ਚੁੱਪਾਂ, ਕਿਉਂਕਿ 15 ਅਗਸਤ ਅਗਰ ਨਿਕਲ ਹੀ ਜਾਂਦਾ
15 ਅਗਸਤ ਦੇ ਬਾਅਦ ਜਿਹੜੀ ਸਾਡੀ ਲੜਾਈ ਤੇਜ਼ ਹੋਵੇ। ਅਸੀਂ ਗਲੀ ਕੁੱਚੇ ਔਰ ਜਿੰਨੇ ਸਾਰੇ ਸਮਾਜ ਦੇ ਜਿੰਨੇ ਵੀ ਸਾਡੇ ਗ੍ਰਾਂ ਨੇ ਪਿੰਡ ਨੇ ਆਹ ਸਾਰੇ ਪਿੰਡ 'ਚ ਅਸੀਂ ਹੁਣ ਚੱਲਣਾ ਸਟਾਰਟ ਕਰ ਲੈਣਾ ਔਰ ਸੁਨੇਹਾ ਲਾਉਣਾ ਸਟਾਰਟ ਕਰ ਲੈਣਾ। ਆਉਣ ਵਾਲੇ ਟਾਈਮ ਵਿੱਚ ਅਗਰ ਅਸੀਂ ਸਾਡੀ ਮੰਗ ਨਹੀਂ ਮੰਨੀ ਗਈ ਤੇ ਇਹਦਾ ਉਗਰ ਪ੍ਰਦਰਸ਼ਨ ਹੋ, ਇਹਦਾ ਨਤੀਜਾ ਜਿਹੜਾ ਸਰਕਾਰ ਦੀ ਦਰਜਾ ਤਾਂ ਅਸੀਂ ਪਿਛਲੇ 5 ਸਾਲਾਂ ਦੇ ਲਾਗੇ ਦਿਆ ਇਹ ਜ਼ਿਲ੍ਹਾ ਵਾਲੇ ਡਿਊਟੀ ਲਾਏ ਹੋਣੇ ਤੋਂ ਜ਼ਿਲ੍ਹਾ ਹਾਲਾਤ ਠੀਕ ਹੁੰਦੇ ਨੇ ਤੇ ਤੁਸੀਂ ਦਰਜਾ ਵਾਪਸ ਦਿੱਤਾ ਜਾਏਗਾ। ਵਿੱਚ ਹਾਲਾਤ ਵੀ ਠੀਕ ਹੋਏ ਨੇ ਲੇਕਿਨ ਦਰਜਾ ਇਹ ਵਾਪਸ ਨਹੀਂ ਮਿਲਿਆ। ਔਰ ਜੰਮੂ ਵੀ ਖਾਸ ਕਰਕੇ ਡੋਗਰੇ ਕੀ ਕੁਚਲੀਆ ਰੱਖੀ ਉੜਿਆ 5 ਸਾਲੇ ਵਿੱਚ। ਅੱਜ ਜਿੰਨਾ ਵੀ ਬਾਹਰ ਦਾ ਲੋਕ ਨੇ ਉਹ ਭਾਵੇਂ ਬਿਜ਼ਨਸਮੈਨ ਹੋਵੇ ਭਾਵੇਂ ਠੇਕੇਦਾਰ ਹੋਣ, ਅੱਜ ਜੰਮੂ ਵੱਲੋਂ ਕਬਜ਼ਾ ਕਰ ਲਿਆ ਸਾਡੇ ਲੋਕ ਅੱਜ ਬਿਜ਼ਨਸ ਵਿੱਚ ਵੀ ਠੱਪ ਹੋਈ ਨੇ, ਸਾਡੇ ਠੇਕੇਦਾਰੀ ਵੀ ਠੱਪ ਹੋਈ ਨੇ। ਸਾਡਾ ਜਿਹੜਾ ਯੂਥ ਹੈ ਖਾਸ ਕਰਕੇ ਯੂਥ ਦੀ ਗੱਲ ਕਰੀਏ ਪਿਛਲੇ 8-10 ਸਾਲਾਂ ਦਾ ਅੱਜ ਕ੍ਰਾਈਮ ਇੰਨਾ ਵਧੀ ਇਹਦਾ ਕਿ ਕ੍ਰਿਮੀਨਲ ਜ਼ਿਆਦਾ ਹੋਈ, ਉਹਦਾ ਪੁਲਿਸ ਘੱਟ ਹੋਈ ਹੈ। ਪਿਛਲੇ 7-8 ਸਾਲਾਂ ਦੀ ਭਰਤੀ ਨਹੀਂ ਹੋਈ ਔਰ ਅੱਜ ਪੁਲਿਸ ਕੋਲ ਜ਼ਿਆਦਾ ਕ੍ਰਿਮੀਨਲ ਹੋਈ ਹੈ। ਅਸੀਂ ਹੈ ਪਹਿਲੇ ਤਾਂ ਕੇਂਦਰ ਸਰਕਾਰ ਅੱਗੇ ਅਪੀਲ ਕਰ ਰਹੇ ਹਾਂ ਕਿ ਪੁਲਿਸ ਦੀਆਂ ਭਰਤੀਆਂ ਕੱਢੋ ਜਿੱਥੇ ਸਾਡੇ ਬੱਚੇ ਨੌਕਰ ਹੋਣ ਔਰ ਸਾਡੇ ਬੱਚੇ ਦਾ ਕੁਛ ਭਵਿੱਖ ਹੋਵੇ। ਅੱਜ ਪਿਛਲੇ ਕੁਛ ਸਮੇਂ ਦਾ ਜਿਹੜੇ ਭਰਤੀਆਂ ਕੀਤੀਆਂ ਨੇ ਤੇ ਬਾਅਦ ਜਾ ਕੇ ਉੱਠਦੇ ਨੇ ਮਹਾਰਾਜ ਉਹ ਪੇਪਰ ਲੀਕ ਹੋਈ ਆ, ਸਕੈਮ ਹੋਈ ਏ। ਜਿਹੜਾ ਹੁਣ ਗਾ ਵਜੇ ਨੇ ਜਿਹੜੇ ਸਟੇਟ ਦਾ ਦਰਜਾ ਸਾਡੇ ਕੋਲ ਉਹਨਾਂ ਨੇ ਸਕੈਮ ਹੁੰਦੇ ਇਹ। ਅੱਜ ਆਹ ਆਖੜਿਆ ਕਿ ਸਾਡਾ ਦੁਰਭਾਗ ਹੈ ਕਿ ਸਾਡੇ ਬੱਚੇ ਕੁਛ ਬੱਚੇ ਦੀਆਂ ਸਾਰੀਆਂ ਜਿਹੜੀਆਂ ਏਜਾਂ ਵੀ ਹੋਈਆਂ ਨੇ ਓਵਰ ਏਜ ਹੋਈ ਨੇ, ਅੱਜ ਉਹ ਐਸਾ ਕੰਮ ਹੋਈ ਆ ਕਿ ਬੱਚਾ ਜਿਹੜਾ ਨਸ਼ੇ ਵਾਲੀ ਬੱਕੀ ਚਲੀ ਪਿਆ ਕਿਉਂਕਿ ਉਹਦੇ ਮਾਂ ਪਿਓ ਨੇ ਆਪਣੀ ਪੂਰੀ ਉਮਰ ਦੀ ਪੂੰਜੀ ਉਸ ਬੱਚੇ ਪਰ ਲਾਈ ਦੀ ਸੀ। ਅੱਜ ਜੰਮੂ ਕੀ ਪਹਿਲਾਂ ਮੰਦਰ ਦਾ ਸ਼ਹਿਰ ਆਖਦੇ, ਅੱਜ ਨਸ਼ੇ ਦਾ ਸ਼ਹਿਰ ਆਖਿਆ ਜਾਂਦਾ। ਗਲੀ ਨੁੱਕੜ ਵਿੱਚ ਤੁਸੀਂ ਇੱਕ ਵਾਈਨ ਸ਼ਾਪ ਲੱਭਣੀ ਹੈ, ਗਲੀ ਗਲੀ ਵਿੱਚ ਚਿੱਟੇ ਵਾਲੇ ਲੱਭਣੇ ਨੇ, ਲੇਕਿਨ ਉਹਦੇ ਪਰ ਪ੍ਰਤੀਬੰਧ ਲਾਉਣ ਵਾਲਾ ਕੋਈ ਨਹੀਂ ਹੈ। ਅੱਜ ਜੰਮੂ ਕਸ਼ਮੀਰ ਅੱਜ ਸਾਰੇ ਲੋਕ ਤਾਂ ਇਕੱਠੇ ਹੋਏ ਹਾਂ ਕਿ ਸਾਡੀ ਸਟੇਟ ਦਾ ਦਰਜਾ ਮਿਲੋ ਵਾਪਸ, ਅਸੀਂ ਪੂਰੀ ਪਾਵਰ ਵਾਪਸ ਮਿਲਣੀ ਆ ਤੇ ਫਿਰ ਅਸੀਂ ਲੜਾਈ ਕਰੀਏ, ਦੱਸੀਏ ਕਿੰਨਾ ਚਿੱਟਾ ਖਤਮ ਹੁੰਦਾ ਹੈ ਤੇ ਕਿੰਨਾ ਇੱਥੇ ਨੌਕਰੀਆਂ ਲੱਭੀਆਂ। ਸਾਡੀ ਰਣਨੀਤੀ ਸਾਫ਼ ਹੈ, ਇੱਕੋ ਮਕਸਦ ਹੈ ਕਿ ਜੰਮੂ ਦੀ ਸਟੇਟ ਜਿਹੜੀ ਚੇਕੇ ਡਿਊਟੀ ਬਣੀ ਦੀ ਹੈ ਉਹ ਸਟੇਟ ਵਾਪਸ ਲੈਣੀ ਹੈ ਕਿਉਂਕਿ ਅਸੀਂ ਲੱਗਿਆ 5 ਸਾਲ ਤੋੜੀ ਅਸੀਂ ਕੋਈ ਉਹਦਾ ਫਾਇਦਾ ਲੱਭਣੀ ਹੈ। ਅਸੀਂ ਕੀ ਸਾਰੇ ਅੱਕ ਅੱਕੂ ਵਾਪਸ ਚਾਹੀਦੇ ਹਨ, ਨਾ ਤਾਂ ਪੋਲੀਟੀਕਲ ਪਾਰਟੀ ਦੇ ਕੋਲ ਕਰਨੇ ਆ ਨਾ ਦੇ ਖਿਲਾਫ਼ ਹਾਂ, ਲੇਕਿਨ ਆਪਣੇ ਅੱਕ ਵਾਸਤੇ ਅਗਰ ਅਸੀਂ ਅੱਜ ਪਸੀਨਾ ਕੱਢਿਆ ਕੱਲ੍ਹ ਅਸੀਂ ਆਪਣੀ ਜਾਨ ਵੀ ਦੇਣੀ ਪਊਗਾ, ਪਿੱਛੇ ਨਹੀਂ ਹੋ ਗਏ ਕਿਉਂਕਿ ਸਾਡੇ ਪੂਰਵਜ ਹੈ ਗਿਲਗਿਤ ਵਾਲੀ ਬਲੋਚਿਸਤਾਨ ਤੋਂ ਲੜਾਈਆਂ ਲਾਈਆਂ ਸਟੇਟ ਬਣਾਈ ਦੀ ਹੈ, ਅੱਜ ਇਹ ਸਟੇਟ ਦੀ ਟੁਕੜੇ ਟੁਕੜੇ ਕਰ ਦੇਣ। ਕਿਆ ਜੰਮੂ ਦਾ ਇੱਕ ਐਡਵਾਈਜ਼ਰ ਲਾਣ ਦੀ ਔਕਾਤ ਨਹੀਂ ਹੈ ਸਾਰੀ, ਅਸ ਕੀ ਮੰਗ ਕਰ ਸਕਦੇ ਆ। ਮੈਂ ਪਹਿਲੇ ਵੀ ਤੁਸੀਂ ਸੁਣਾਇਆ ਹਮ ਆਪਣੀ ਤਰਫ ਸੇ ਕੋਸ਼ਿਸ਼ ਕਰੇਂਗੇ, ਹੌਸਲੇ ਬੁਲੰਦ ਹਮ ਹਮਾਰੇ ਹੈ, ਆਗੇ ਇੰਤਜ਼ਾਮ ਕਾ ਪਰਵਾਹ ਹਮ ਨਹੀਂ ਕਰਤੇ, ਲੇਕਿਨ ਸਟੇਟ ਵਾਪਸੀ ਕੇ ਲੀਏ ਹਮ ਆਪਣੀ ਜਾਨ ਕੀ ਬਾਜੀ ਲਗਾ ਦੇਂਗੇ, ਉਸੇ ਪਿੱਛੇ ਨਹੀਂ ਹਟੇਂਗੇ। 23 ਅਗਸਤ ਕੋ ਵੀ ਯਹਾਂ ਪੇ ਪ੍ਰੋਟੈਸਟ ਹੋਗਾ, 15 ਅਗਸਤ ਕੋ ਯਹਾਂ ਪੇ ਝੰਡਾ ਚੜਾਏਂਗੇ, ਉਸਕੇ ਬਾਅਦ ਘਰ ਘਰ ਜਾ ਕੇ ਹਮ ਇੱਕ ਅਲਖ ਜਗਾਏਂਗੇ। ਆਓ ਲੋਕੋ ਜੰਮੂ ਦੇ ਸ਼ੇਰ ਡੋਗਰੇ ਬਾਹਰ ਆਓ, ਅਸੀਂ ਵੋਟ ਨਹੀਂ ਲੈਣੇ, ਆਪਣੀ ਸਟੇਟ ਵਾਪਸ ਲੈਣੀ ਹੈ, ਸਟੇਟ ਵਾਪਸ ਲਈ ਆਪਣਾ ਚੀਫ ਮਿਨਿਸਟਰ ਬਣਾਉਣਾ ਤੇ ਆਪਣੇ ਜੰਮੂ ਦੀ ਤਰੱਕੀ ਚਾਹੁੰਦੇ ਹਾਂ ਅਸ, ਨਾ ਕਿ ਸਾਡੇ ਦਿੱਲੀ ਦੇ ਫੈਸਲੇ ਸਾਡੇ ਪਰ ਥੋਪੇ ਜਾ ਦੇਣ। ਇੱਕ ਜਿਹੜੀ ਗੌਰਮੈਂਟ ਸਾਡਾ ਜੰਮੂ ਦਾ ਐਡਵਾਈਜ਼ ਨਹੀਂ ਲੈ ਸਕਦੇ ਉਹ ਅਸ ਕੀ ਉਮੀਦ ਕਰ ਸਕਦੇ ਹਾਂ। ਚੀਫ ਮਿਨਿਸਟਰ ਦਾ ਬੜੀ ਦੂਰ ਦੀ ਗੱਲ ਹੈ ਜੰਮੂ ਦਾ ਬਣਾਉਣਾ, ਸਾਡੀ ਗੱਲ ਸੁਣਨ ਵਾਲਾ ਜੰਮੂ ਦੇ ਵਿੱਚ ਕੋਈ ਗਵਰਨਰ ਹਾਊਸ ਵਿੱਚ ਇੱਕ ਸਾਡਾ ਐਡਵਾਈਜ਼ਰ ਨਹੀਂ ਹੈ, ਅਸ ਅੱਜ ਕੋਹਦੇ ਕਹਿੰਦੇ ਕੋਹਦਾ ਮੂੰਹ ਮੱਥਾ ਦੇਖਿਆ। ਇਹ ਗੱਲ ਆਖਣੇ ਆ ਜੰਮੂ ਦੇ ਸ਼ੇਰ ਡੋਗਰੇ ਹੋ, ਅਗਰ ਅੱਜ ਆਖਣੇ ਨਾ ਅਸੀਂ ਆਖਣੇ ਆ ਸ਼ਾਨਾ ਕਹਿੰਦੇ ਆ ਡੋਗਰੇ ਆ, ਜਿਹੜਾ ਆਪਣੀ ਸ਼ਾਨ ਬਰਕਰਾਰ ਰੱਖਣੀ ਹੈ ਤੇ ਫਿਰ ਆਪਣੀ ਸਟੇਟ ਵਾਪਸ ਲੈਣੀ ਪਾਉਣੀ ਕਿਉਂਕਿ ਜੰਮੂ ਕਸ਼ਮੀਰ ਦੀ ਸਟੇਟ ਦੇ ਕੰਨੇ ਡੋਗਰਿਆਂ ਦਾ ਬੜਾ ਮਾਣ ਜੁੜੇਦਾ। ਇਹ ਲੜਾਈ ਆਪਣੀ ਮਾਣ ਸਨਮਾਨ ਦੀ ਹੈ, ਇਹਦੇ ਕੋਲ ਪਿੱਛੇ ਨਹੀਂ ਆਉਣਾ।